follow you. ਹਰਭਜਨ ਕਿੱਥੇ ਰਹਿੰਦੇ? ਭੁੱਲਾ ਦੀ ਕਲੋਨੀ। ਕੀ ਮਾਮਲਾ ਹੈ ਤੁਸੀਂ ਅੱਜ ਇੱਥੇ ਆਏ? ਐਸਪੀ ਸਾਹਿਬ ਕੀ ਮਾਮਲਾ ਹੋਇਆ? ਮਾਮਲਾ ਮੈਨੂੰ ਘਰੋਂ ਲੈ ਗਿਆ ਜੀ। ਕੌਣ ਲੈ ਗਿਆ? ਮੁੰਡਾ ਮੇਰੇ, ਮੁੰਡਾ ਲੈ ਗਿਆ ਘਰੋਂ। ਮੁੰਡੇ ਦਾ ਨਾਂ ਕੀ ਹੈ? ਜਸਵੰਤ। ਕਾਹਦੇ ਲਈ ਲੈ ਗਿਆ? ਮੈਂ ਚੜਾਉਣ ਆਈ ਸੀਗੀ ਮੁੰਡੇ ਛੋਟੇ ਨੂੰ, ਇਸ ਵੇਲੇ ਲੇਟ ਹੋ ਗਏ ਬੱਸ, ਬੱਸ ਲੇਟ ਹੋਣੇ ਕਰਕੇ ਹਨੇਰਾ ਹੋ ਗਿਆ, ਅਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਘਰ ਛੱਡਿਓ। ਘਰ ਨਹੀਂ ਛੱਡਣ ਆਏ, ਕਹਿੰਦੇ ਪਸ਼ੂ ਬੰਨਿਓ ਆ, ਸੰਗਲ ਆਇਓ ਆ, ਜਾਣਾ ਵੀ ਆ। ਮੈਂ ਕਿਸੇ ਨੂੰ ਜਾਣਾ ਨੇੜੇ, ਮੈਨੂੰ ਤਾਂ ਜੀਦਾ ਕੁਛ ਨਹੀਂ, ਮੈਂ ਨਾਲ ਹੀ ਲੈ ਗਿਆ। ਲਿਜਾ ਕੇ ਬੱਸ ਬਹੁਤ ਵਾਧਾ ਘਾਟਾ, ਮੇਰੇ ਨਾਂ ਕੀ, ਮੈਨੂੰ ਕੀ ਦਿੱਤਾ, ਮੈਨੂੰ ਕੀ ਦਿੱਤਾ, ਉਹਨੂੰ ਸੱਟਾਂ ਲੱਗੀਆਂ ਇਹਦੇ ਸੀਗੀਆਂ। 3 ਮਹੀਨੇ ਰਹੀ ਜੀ। ਕਿੱਥੇ ਰਹੇ ਤੁਸੀਂ? ਜਲੰਧਰ। ਜਲੰਧਰ ਕੈਂਟ, ਕੀ ਉਹਦਾ ਨਾਂ, ਗਣੇਸ਼ ਨਗਰ। ਤੁਹਾਡਾ ਉਹ ਬੇਟਾ ਕਰਦਾ ਕੀ ਹੈ? ਬਸ ਉਹ ਨਾ ਪੁਲਿਸ ਦਾ ਕੰਮ ਕੀਤਾ ਮੇਰੇ ਨਾਲ, ਜੇ ਮੈਨੂੰ ਇਕੱਲੀ ਛੱਡ ਜਾਣਾ, ਮੈਂ ਕਿਹੜਾ ਮੈਂ ਦਿਨੇ ਤਾਂ ਰਹਿ ਲੈਣੀ, ਇਕੱਲੀ ਰਾਤ ਨੂੰ ਨਾ ਛੱਡਿਆ ਕਰੋ। ਕਿਹੜੇ ਥਾਣੇ 'ਚ ਏ ਐੱਸ ਆਈ ਆ? ਮੈਨੂੰ ਇੱਦਾਂ ਨਹੀਂ ਪਤਾ। ਇੱਦਾਂ ਨਹੀਂ ਪਤਾ ਪਤਾ ਕਿਹੜੇ ਥਾਣੇ 'ਚ? ਥਾਣਾ ਇਹ ਆਪਣੇ ਕੈਂਟ, ਕੈਂਟ 'ਚ, ਕੈਂਟ ਥਾਣਾ। ਅਤੇ ਹੁਣ ਮਾਮਲਾ ਕੀ, ਅਸਲੀ ਮਾਮਲਾ ਕੀ ਆ? ਅਸਲੀ ਮਾਮਲਾ ਜੀ, ਮੈਨੂੰ ਘਰੋਂ ਲੈ ਆਏ, ਘਰੋਂ ਲਿਆ ਕੇ ਕਹਿੰਦੇ ਮੈਂ ਵਿਆਹ ਜਾਣਾ, ਬੀਬੀ ਮੇਰੇ ਨਾਲ ਚੱਲ। ਮੈਂ ਤੁਰ ਪਈ, ਰਾਤ ਰਹੇ, ਸਵੇਰਾ ਹੋਇਆ, ਮੈਨੂੰ ਛੱਡਿਆ ਆਇਆ, ਕਹਿੰਦਾ ਮੈਂ ਵਿਆਹ ਚੱਲਿਆ, ਬੰਗੀ ਮੇਰਾ ਦੋਸਤ ਆਏਗਾ। ਸਾਰੀ ਦਿਨ ਮੈਨੂੰ ਕੁਛ ਨਹੀਂ ਕੀਤਾ, ਫੋਨ ਵੀ ਨਹੀਂ ਕੀਤਾ, ਕੁਛ ਵੀ ਨਹੀਂ। ਜਦੋਂ ਆ 5 ਵਜੇ ਮੈਨੂੰ ਅਟੈਕ ਹੋ ਗਿਆ, ਅਟੈਕ ਹੋ ਗਿਆ ਮੈਨੂੰ, ਇੱਦਾਂ ਆਂਡੀਆਂ ਗੁਆਂਢੀਆਂ ਨੇ ਦੇਖਿਆ, ਹਨੇਰੇ ਹੋਇਆ ਕੇ ਚੱਕਿਆ, ਹਸਪਤਾਲ ਲੈ ਜਾਂਦਾ। ਇਹਨੂੰ ਫੋਨ ਕੀਤਾ, ਇਹ ਵੀ ਆ ਗਿਆ, ਆ ਕੇ ਕਹਿੰਦਾ ਮੈਂ ਬੀਬੀ ਦਾ ਘਰੋਂ ਬਿਸਤਰਾ ਲਿਆਵਾਂ। ਬਿਸਤਰਾ ਲੈਣ ਆਏ ਆ, ਅੰਦਰੋਂ ਮੇਰਿਓਂ ਟਰੰਕ ਦੇ ਵਿੱਚੋਂ ਜੋ ਰਜਿਸਟਰੀ, ਜੋ ਪਾਸਪੋਰਟ ਮੇਰਾ, ਮੇਰੇ ਘਰ ਵਾਲੇ ਦਾ, ਮੇਰਾ ਬਾਹਰਲਾ ਕੰਮ ਬਣਦਾ ਸੀ, ਮੇਰਾ ਬਾਹਰਲਾ ਕੰਮ ਬਣਦਾ ਸੀ, ਉਹ ਵੀ ਕਾਰਡ ਵਿੱਚ ਹੀ। ਮੇਰਾ 5-7 ਹਜ਼ਾਰ ਰੁਪਈਆ ਮੈਂ ਦਵਾਈ ਨੂੰ ਰੱਖਿਆ ਆ, ਉਹ ਵੀ ਵਿੱਚ ਹੀ, ਜੋ ਰਜਿਸਟਰੀ ਸਾਰਾ ਕੁਝ ਹੀ ਹੋ ਕੇ ਚੁੱਕ ਲਿਆ। ਜਿਹੜੇ ਪੈਸੇ ਤੁਸੀਂ ਕਹਿੰਦੇ ਆ ਬੈਂਕ 'ਚੋਂ 3 ਲੱਖ ਸਾਡੇ, ਉਹ ਦੱਸੋ ਕਿੱਦਾਂ ਉਹਨਾਂ ਨੇ ਕਢਵਾਏ ਤੁਹਾਡੇ ਕੋਲ? ਉਹ ਜੀ 19 ਤਰੀਕ ਨੂੰ ਮੈਨੂੰ ਅਟੈਕ ਹੁੰਦਾ, 20 ਤਰੀਕ ਨੂੰ ਸਵੇਰ ਨੂੰ ਮੈਨੂੰ ਲੈ ਆ, ਬਸ ਇੱਦਾਂ ਪਤਾ ਨਹੀਂ ਮੈਨੂੰ ਬਾਹਰ ਨੂੰ ਬੂਟੇ ਕੱਢ ਕੱਢ ਲਵਾ ਲਿਆ, ਪਤਾ ਨਹੀਂ ਕਿਹੜੇ ਬੈਂਕ 'ਚ। ਬੈਂਕ ਬੰਗਾ ਰੋਡ, ਨੈਸ਼ਨਲ ਬੈਂਕ ਆ। ਤੁਸੀਂ ਬੈਂਕ ਵਾਲਿਆਂ ਨੂੰ ਮਿਲੇ ਬੀਬੀ ਫਿਰ ਇਸ ਮਾਮਲੇ 'ਚ? ਜਦੋਂ ਪੈਸੇ ਕਢਾਏ ਆ, ਪੈਸੇ ਕਢਾਉਣ ਤੋਂ ਬਾਅਦ ਤੁਸੀਂ ਬੈਂਕ ਵਾਲੇ ਮਿਲੇ ਜੀ? ਮੇਰੇ ਗਏ ਹੀ ਨਹੀਂ। ਮਾਤਾ ਨੂੰ ਪਤਾ ਹੀ ਨਹੀਂ ਗਾ ਪੈਸਿਆਂ ਦਾ, ਪੈਸੇ ਕਿੰਨੇ ਕਢਾਏ ਆ ਕਿੰਨੇ ਨਹੀਂ। ਦੋਨਾਂ ਬੈਂਕ ਨਹੀਂ, ਬੈਂਕ ਦੀ ਕਾਪੀ ਤੇ ਐਂਟਰੀ ਕਰਾਈ, ਕਾਪੀ ਤੇ ਐਂਟਰੀ ਕਰਾਈ ਤੁਸੀਂ? ਐਂਟਰੀ ਸਾਰਾ ਕੁਝ ਮੈਂ ਕਰਾਇਆ ਜੀ, ਨਾਲ ਹੋਈ ਕਰਾਇਆ ਲੈ ਕੇ ਐਂਟਰੀ ਸਾਰਾ ਕੁਝ ਕਰਾਇਆ। ਜਿਹੜੀ ਜਗ੍ਹਾ, ਜਿਹੜੀ ਜਗ੍ਹਾ ਤੁਸੀਂ ਕਹਿੰਦੇ ਆ ਧੋਖੇ ਨਾਲ ਨਾਮ ਕਰਾਈ ਆ, ਉਹ ਕੀ ਮਾਮਲਾ? ਉਹ ਵੀ ਜੀ ਮੈਨੂੰ ਧੋਖੇ ਨਾਲ ਘਰੋਂ ਲਿਆਏ ਆ, ਕਹਿੰਦੇ ਹਸਪਤਾਲੋਂ ਦਵਾਈ ਲੈਣ ਜਾਣਾ। ਕਿੱਦਾਂ ਨਾਮ ਕਰਾਈ ਤੁਸੀਂ ਨਾਲ ਗਏ ਹੋਵੋਗੇ ਜਾਂ ਕਚਹਿਰੀ? ਮੈਂ ਤੁਹਾਨੂੰ ਦੱਸ ਦਿੱਤਾ, ਲੈ ਕੇ ਧੋਖੇ ਨਾਲ ਗਏ ਆ। ਨਹੀਂ, ਧੋਖੇ ਨਾਲ ਲੈ ਕੇ ਗਏ ਆ, ਉੱਥੇ ਜਾ ਕੇ ਜਿਹੜੇ ਕਾਗਜ਼ ਪੇਪਰ ਸਾਈਨ ਕਰਾਏ ਤੁਹਾਡੇ ਕੋਲ, ਬੂਟੇ ਲਵਾਏ ਕਿੱਦਾਂ? ਬੂਟੇ ਲਵਾਏ ਇੱਦਾਂ, ਕਹਿੰਦੇ
ਅਸੀਂ ਆਪਣੇ ਵਿੱਚ ਉਹਨਾਂ ਦੇ ਨਾਂ ਕਰਾਈ ਆ ਮਸੀਤ, ਮੈਂ ਵੀ ਨਾਲ ਕਰਵਾਉਣੀ ਆ। ਮੰਗ ਮੈਂ ਕਰਦੀ ਜਿੱਦਾਂ ਅਰਜੈਂਟਲੀ ਮੇਰੀ ਕਰਾਈ ਆ ਉਦਾਂ ਮੈਨੂੰ ਵਾਪਸ ਕਰ ਦੇਵੇ। ਮੈਨੂੰ ਧੱਕੇ ਬਹੁਤ ਮਾਰੇ ਆ, ਮੈਂ ਕੁਛ ਨੀ ਕਰਨਾ ਸੀ। ਮੈਨੂੰ ਗਲੀ 'ਚ ਛੱਡ ਗਏ, ਬਾਹਰ ਗਲੀ 'ਚ ਬਿਠਾ ਲਿਆ ਸੀ, ਉੱਥੇ ਵੋਟਾਂ ਨੂੰ ਇਕੱਠੇ ਗੰਦੀਆਂ ਬਹੁਤ ਹੋਈਆਂ ਸੀ, ਉੱਥੇ ਸੱਟ ਕੇ ਚਲੇ ਗਿਆ, ਗੱਡੀ ਵਾਪਸ ਲੈ ਗਿਆ। ਭੂਤਾ ਮੇਰਾ ਦੋ ਜਣੇ ਸੀ। ਤੇ ਜਿਹੜੀ ਜ਼ਮੀਨ ਤੁਸੀਂ ਕਹਿੰਦੇ ਆਪਣੇ ਉਹਨੇ ਆਪਣੇ ਨਾਂ ਲਵਾਈ, ਉਹ ਤੁਹਾਡੇ ਨਾਂ ਸੀ ਪਹਿਲਾਂ? ਹਾਂਜੀ ਮੇਰੇ ਨਾਂ ਸੀ। ਕੀ ਨਾਮ ਜੀ? ਮੇਰਾ ਨਾਂ ਕੁਲਦੀਪ ਸਿੰਘ ਹੈ ਜੀ। ਮੈਂ ਸਦਰ ਥਾਣੇ ਵੀ ਐਪਲੀਕੇਸ਼ਨ ਦੇ ਕੇ ਆਇਆ ਅਤੇ SSP ਦੇ ਐਪਲੀਕੇਸ਼ਨ ਦੇ ਕੇ ਆਇਆ ਅਤੇ ਆਪਾਂ ਮਾਰਕ ਦੂਏ ਦੇ ਕਰਾਈਆਂ ਜਲੰਧਰ, ਸ਼੍ਰੀ ਨਿਹਾਲ ਸਿੰਘ ਨੌ ਨਿਹਾਲ ਉਹਨਾਂ ਨੂੰ ਵੀ ਆਪਣਾ ਰਜਿਸਟਰੀ ਕਰਾਈ ਆ ਅਤੇ ਚੰਡੀਗੜ੍ਹ ਵੀ ਮੈਂ ਰਜਿਸਟਰੀ ਕਰਾਈ ਆ। ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਅਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹ ਮੁਲਾਜ਼ਮ ਆ, ਇਹ ਪਤਾ ਨਹੀਂ ਮੁਲਾਜ਼ਮ ਦੀ ਮੁਲਾਜ਼ਮ ਹੈਲਪ ਕਰਦਾ ਅਤੇ ਪਤਾ ਨਹੀਂ ਜੀ ਕੀ ਗੱਲ। ਪਹਿਲੀ ਦਰਖਾਸਤ ਕਿਹੜੀ ਤਰੀਕ ਨੂੰ ਦਿੱਤੀ ਸੀ? ਪਹਿਲੀ ਦਰਖਾਸਤ ਆਪਾਂ ਆਪਣੇ ਸਦਰ ਥਾਣੇ ਦੀ, ਇਹ ਆਪਣੇ ਜਨਵਰੀ 'ਚ 29 ਤਰੀਕ ਦੀ ਹੈ ਜੀ। ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਤੱਕ। ਮਾਤਾ ਆਇਆ ਜੀ, ਸਾਨੂੰ ਕੋਈ, ਅਸੀਂ ਕਹਿ ਨਹੀਂ ਸਕਦੇ ਵੀ ਮੁਲਾਜ਼ਮ ਮੁਲਾਜ਼ਮ ਦੀ ਹੈਲਪ ਕਰਦਾ ਜਾਂ ਉਹ ਰੋਕ ਲਾ ਰਿਹਾ ਆ, ਵੀ ਸਾਨੂੰ ਕੋਈ ਪਤਾ ਨਹੀਂ ਇਹਦੇ ਵਿੱਚ। ਅਸੀਂ ਚਾਹੁੰਦੇ ਹਾਂ ਇਨਸਾਫ ਮਾਤਾ ਨਾਲ ਹੋਇਆ ਧੱਕਾ, ਮਾਤਾ ਨੇ ਪੈਸੇ ਚੋਰੀ ਕਰਾਏ, ਧੱਕੇ ਨਾ ਕਢਾਏ ਉਹਨੇ, ਧੋਖੇ ਨਾ ਕਢਾਏ ਆ, ਧੋਖੇਦਾਰ ਬੰਦਾ ਆ ਅਤੇ ਜ਼ਮੀਨ ਜਿਹੜੀ ਆ ਉਹ ਵੀ ਧੋਖੇ ਨਾਲ ਕਰਾਈ ਆ ਉਹਨਾਂ। ਮਾਤਾ ਸਟਾਰਟਿੰਗ ਤੋਂ ਤੁਹਾਡੇ ਨਾਲ ਰਹਿ ਰਹੀ ਆ? ਮਾਤਾ ਮੇਰੇ ਨਾਲੇ ਰਹੀ ਆ, ਮੇਰਾ ਡੈਡੀ 2016 ਦੇ ਵਿੱਚ ਪੂਰੇ ਹੁੰਦੇ ਆ, 17 'ਚ ਪੂਰੇ 5-11 ਆਪਣੇ ਨਾਮ ਕਰਵਾਈ ਆ। ਉਦੋਂ ਵੀ ਮਾਤਾ ਜੀ ਨੂੰ ਲੈ ਕੇ ਗਏ ਸੀ? ਡੈਡੀ ਪੂਰਾ ਹੋਣ ਤੋਂ ਬਾਅਦ ਉਹ ਆਇਆ ਆਪਣੇ ਉੱਥੇ ਕਬਰਸਤਾਨ, ਉੱਥੇ ਹੀ ਆਇਆ, ਉੱਥੋਂ ਹੀ ਮੁੜ ਗਿਆ। ਛੋਟਾ ਭਰਾ ਆਇਆ ਸੀ, ਉਹਦੀਆਂ ਮਿਹਨਤਾਂ ਤਾਲੇ ਕਰਕੇ ਤਾਂ ਮਾਤਾ ਨੂੰ ਨਾਲ ਦੂਆ ਗੱਲਬਾਤ ਕਰਕੇ ਉਹ ਘਰ ਲੈ ਕੇ ਆ ਗਿਆ। ਉਹ ਕਹਿੰਦਾ ਮੈਂ ਅਗਲੀਆਂ ਪਿਛਲੀਆਂ ਸਾਰੀਆਂ ਗੱਲਾਂ ਛੱਡ ਦਿੰਦਾ ਹਾਂ, ਵੀ ਸਾਂਝੇ ਰਹਿੰਦੇ ਹਾਂ ਇਕੱਠੇ। ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਰਹਿਣਾ ਜੋ ਵੀ ਥਾਂ ਆ, ਜੋ ਆਪਣਾ ਘਰ ਦਾ ਆ, ਵੀ ਸਾਰੇ ਵੰਡ ਪਾ ਲਓ, ਤੁਸੀਂ ਆਪੋ ਆਪਣਾ ਸਾਂਭ ਲਓ ਅਤੇ ਮੇਰਾ ਜਿਹੜਾ ਮੈਨੂੰ ਛੱਡ ਦਿਓ, ਠੀਕ ਹੈ ਜੀ। ਇਹਨੇ ਇਹ ਨਹੀਂ ਕੀਤਾ, ਕਹਿੰਦਾ ਮੈਂ ਬਾਹਰ ਚਲ ਜਾਣਾ, ਵੱਡਾ ਛੋਟਾ ਤਾਂ ਹੈਗਾ ਹੀ ਬਾਹਰ ਆ, ਅਤੇ ਇਹਨੇ ਇਹ ਨਹੀਂ ਕੀਤਾ, ਬਸ ਮਾਤਾ ਨੂੰ ਨਾਲ ਲਿਜਾ ਕੇ ਮਾਤਾ ਨਾਲ ਧੋਖੇ ਦੇ ਨਾਲ ਸਾਰੇ ਕੰਮ ਕਰਾਏ।